ਡਾਕਟਰ ਪੀ ਐਸ ਚਹਿਲ, ਮੈਂ ਮਨੀਪਾਲ ਹੋਸਪਿਟਲ ਪਟਿਆਲਾ ਦੇ ਵਿੱਚ ਇੱਥੇ 2009 ਆਲਮੋਸਟ ਸਾਰੇ 15 ਸਾਲ ਹੋ ਗਏ ਨੇ ਮੈਂ ਇੱਥੇ ਸੇਵਾ ਨਿਭਾ ਰਿਹਾ ਹਾਂ। ਅਸੀਂ 2009 ਦੇ ਵਿੱਚ ਇੱਥੇ ਪਟਿਆਲੇ 'ਚ ਪਹਿਲਾਂ ਨੀ ਰਿਪਲੇਸਮੈਂਟ, ਹਿਪ ਰਿਪਲੇਸਮੈਂਟ, ਕੰਪਲੀਕੇਟਡ ਫ੍ਰੈਕਚਰ ਸਰਜਰੀਜ਼ ਹਨਾ ਸ਼ੁਰੂ ਕੀਤੀਆਂ ਸੀ। ਪਹਿਲਾਂ ਥੋੜ੍ਹੀਆਂ ਜਿਹੀਆਂ ਸੇਵਾਵਾਂ ਇੱਥੇ ਨਹੀਂ ਸੀ, ਲੋਕ ਬਹੁਤ ਜ਼ਿਆਦਾ ਕੋਈ ਚੰਡੀਗੜ੍ਹ ਜਾਂ ਇੱਦਾਂ ਦੂਰ ਦੂਰ ਜਾਂਦੇ ਸੀ। ਹੁਣ ਆਪਾਂ ਇੱਥੇ ਪੂਰੀ ਨਵੀਂ ਟੈਕਨੋਲੋਜੀ ਦੇ ਨਾਲ ਅਮੈਰੀਕਨ ਇੰਪਲਾਂਟ ਪਾ ਕੇ, ਜਿਹਨਾਂ ਨੂੰ ਆਪਾਂ ਆਲਮੋਸਟ 25 ਸਾਲ ਦੇ ਇੰਪਲਾਂਟ ਕਹਿੰਦੇ ਹਾਂ, ਉਹ ਪਾ ਕੇ ਨਵੀਂ ਟੈਕਨੋਲੋਜੀ ਦੇ ਨਾਲ ਓਪਰੇਸ਼ਨ ਕਰਦੇ ਹਾਂ ਅਤੇ ਆਪਣੇ ਰਿਜ਼ਲਟ ਵੀ ਆਪਣੇ ਟੱਚ ਪੋਰਟ ਬਹੁਤ ਅੱਛੇ ਨੇ। ਮੈਨੂੰ ਇੱਥੇ ਆਲਮੋਸਟ ਪਹਿਲੇ ਓਪਰੇਸ਼ਨ 2009 ਨੂੰ 15 ਸਾਲ ਤੋਂ ਇਸ ਹੋਸਪਿਟਲ 'ਚ ਹੋ ਗਏ ਨੇ। ਵੈਸੇ ਮੈਨੂੰ ਆਲਮੋਸਟ 22 ਈਅਰਸ ਹੋ ਗਏ ਨੇ ਨੀ ਰਿਪਲੇਸਮੈਂਟ ਕਰਦੇ ਨੂੰ। ਅੱਜ ਆਪਾਂ ਥੋੜ੍ਹਾ ਜਿਹਾ ਇੱਕ ਵੀਡੀਓ ਬਣਾਵਾਂਗੇ। ਇੱਕ ਪੇਸ਼ੈਂਟ ਅਸੀਂ ਕੀਤਾ ਸੀ ਮਿਸਿਸ ਪਰਮਜੀਤ ਕੌਰ, ਹਨਾ, ਉਹ ਅਤੇ ਉਹਨਾਂ ਦੀ ਬੇਟੀ। ਸਾਡੇ ਕੋਲ ਅੱਜ 4th ਦਿਨ ਹੋ ਗਿਆ ਓਪਰੇਸ਼ਨ ਦਾ। ਆਪਣੀ ਥੋੜ੍ਹਾ ਜਿਹਾ ਐਕਸਪੀਰੀਅੰਸ ਸ਼ੇਅਰ ਕਰਨਗੇ ਵੀ ਹੋਸਪਿਟਲ ਅਤੇ ਡਾਕਟਰ ਬਾਰੇ ਅਤੇ ਕਿੱਦਾਂ ਇਹਨਾਂ ਨੂੰ ਇੱਥੇ ਲੱਗਿਆ ਅਤੇ ਕਿੱਦਾਂ 4th ਦਿਨ 'ਚ ਇਹਨਾਂ ਦਾ ਦਰਦ ਰਿਹਾ ਅਤੇ ਕਿਸ ਤਰ੍ਹਾਂ ਇਹ ਚੱਲ ਰਹੇ ਨੇ। ਬਸ ਹੁਣ ਇਹ ਥੋੜ੍ਹਾ ਜਿਹਾ ਆਪਾਂ ਇਹਨਾਂ ਨਾਲ ਗੱਲ ਕਰਾਂਗੇ। ਮੈਂ ਪਰਮਜੀਤ ਕੌਰ, ਘੁਮਾਰ ਸੀ ਜੇ ਤੋਂ, ਅਤੇ ਮੈਂ ਇੱਥੇ 10 ਸਾਲ ਤੋਂ, ਮੈਨੂੰ ਬਹੁਤ ਪ੍ਰੋਬਲਮ ਸੀ ਗੋਡਿਆਂ ਦੀ, ਬਹੁਤ ਮੈਂ ਬਹੁਤ ਔਖੀ ਸੀ। ਫਿਰ ਮੈਨੂੰ ਪਰਮਜੀਤ ਚਹਿਲ ਡਾਕਟਰ ਦਾ ਪਤਾ ਲੱਗਿਆ ਅਤੇ ਫਿਰ ਮੈਂ ਇੱਥੇ ਓਪਰੇਸ਼ਨ ਕਰਾਇਆ। ਓਪਰੇਸ਼ਨ ਬਹੁਤ ਵਧੀਆ ਹੋ ਰਿਹਾ, ਕੋਈ ਦਿੱਕਤ ਨਹੀਂ ਆਈ ਮੈਨੂੰ। ਸਟਾਫ ਵੀ ਉਰੇ ਬਹੁਤ ਵਧੀਆ ਅਤੇ ਚੱਲਣ ਫਿਰਨ ਮੈਂ ਕੋਈ ਦਿੱਕਤ ਨਹੀਂ ਆਈ, ਕੋਈ ਦਰਦ, ਕੋਈ ਕੁਛ ਨਹੀਂ ਦਿੱਕਤ ਆਈ। ਮੈਂ ਸਰਬਜੀਤ ਕੌਰ, ਮੈਂ ਉਹਨਾਂ ਦੀ ਡਾਟਰ ਹਾਂ। ਸਾਨੂੰ ਡਾਕਟਰ ਪਰਮਜੀਤ ਚਹਿਲ ਬਾਰੇ ਪਤਾ ਚੱਲਿਆ ਸੀ ਨੀ ਰਿਪਲੇਸਮੈਂਟ ਬਾਰੇ। ਮੇਰੀ ਮਦਰ ਦੇ ਕਾਫੀ ਚਿਰ ਤੋਂ ਬਹੁਤ ਹੀ ਜ਼ਿਆਦਾ ਦਰਦ ਹੋਇਆ ਸੀ। ਮਨੀਪਾਲ ਹੋਸਪਿਟਲ ਪਟਿਆਲਾ 'ਚ ਅਸੀਂ ਇਹਨਾਂ ਦੇ ਨੀ ਦੀ ਰਿਪਲੇਸਮੈਂਟ ਕਰਵਾਈ ਹੈ ਅਤੇ ਇਹਨਾਂ ਦੇ ਹੁਣ ਚੱਲਣ ਫਿਰਨ 'ਚ ਇਹਨਾਂ 'ਚ ਅੱਜ 4th ਦਿਨ ਹੈ। ਇਸ ਕਰਕੇ ਇਹਨਾਂ ਨੇ ਗੇੜੇ ਵੀ ਅੱਜ ਕੱਢ ਲਏ। 2-4 ਕੋਈ ਦਿੱਕਤ ਨਹੀਂ, ਇੱਥੇ ਸਟਾਫ ਅਤੇ ਡਾਕਟਰਸ ਪੂਰੀ ਅੱਛੀ ਤਰ੍ਹਾਂ ਦੇਖਭਾਲ ਕਰਦੇ ਹਨ। ਇੱਕ ਕਾਲ 'ਤੇ ਸਾਰੇ ਡਾਕਟਰ ਅਤੇ ਸਟਾਫ ਜਲਦੀ ਆ ਜਾਂਦੇ ਹਨ ਜੇ ਕੋਈ ਦਿੱਕਤ ਹੁੰਦੀ ਹੈ। ਸਾਨੂੰ ਇੱਥੇ ਸਾਰਾ ਕੁਛ ਵਧੀਆ ਲੱਗਿਆ। ਬਸ ਫਾਈਨਲੀ ਆਪਾਂ ਅੱਜ ਮੈਂ ਇਸ ਚੀਜ਼ 'ਤੇ ਕਲੋਜ਼ ਕਰਾਂਗੇ ਕਿ ਨੀਚੇ ਵਾਲੇ ਨੰਬਰਾਂ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਆਪਾਂ ਨੂੰ ਕਿਸੇ ਵੀ ਕਿਸਮ ਦੀ ਨੀ ਹਿਪ ਰਿਪਲੇਸਮੈਂਟ ਜਾਂ ਮੇਜਰ ਟਰੋਮਾ ਕੋਈ ਆਰਥੋਪੈਡਿਕ ਸਰਜਰੀ ਲਈ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੇਰੇ ਓਪੀਡੀ ਦੇ ਦਿਨ ਤੁਹਾਨੂੰ ਮੰਡੇ, ਵੈਨਸਡੇ, ਫਰਾਈਡੇ ਹੁੰਦੇ ਨੇ, ਜੋ ਕਿ ਮੈਂ ਓਪੀਡੀ 4 ਦੇ ਵਿੱਚ ਬੈਠਦਾ। ਤੁਸੀਂ ਹੇਠ ਲਿਖੇ ਨੰਬਰਾਂ 'ਤੇ ਅਪੁਆਇੰਟਮੈਂਟ ਲਈ ਸੰਪਰਕ ਕਰ ਸਕਦੇ ਹੋ। ਥੈਂਕ ਯੂ।